ਜਿਹੜੇ ਨੁਮਾਇੰਦਿਆਂ ਨੂੰ ਅਸੀਂ ਕੰਮ ਕਰਨ ਲਈ ਚੁਣ ਕੇ ਭੇਜਦੇ ਆ ਉਹ ਜਾ ਕੇ ਉੱਥੇ ਕੀ ਕਰਦੇ ਨੇ ਸਵਾਲ ਇਕੱਲੇ ਹਰਸਿਮਰ ਦੇ ਅਸਤੀਫੇ ਦਾ ਨਹੀਂ ਹੈ ਸਵਾਲ ਇਕੱਲੇ ਅਕਾਲੀ ਦਲ ਦੇ 9 ਮਾਸ ਦੇ ਰਿਸੈਟ ਉੱਠਣ ਦਾ ਨਹੀਂ ਹੈ ਸੁਖਵੀਰ ਬਾਦਲ ਤੇ ਹਰਸਿਮਰ ਤੇ ਉੱਥੇ ਸੰਸਦ ਮੈਂਬਰ ਨਹੀਂ ਸੀ ਸੰਸਦ ਮੈਂਬਰ ਤਾਂ ਹੋਰ ਵੀ ਸੀ 13 ਸੰਸਦ ਮੈਂਬਰ ਪੰਜਾਬ ਨੇ ਚੁਣ ਕੇ ਭੇਜੇ ਨੇ ਲੋਕ ਸਭਾ ਦੇ ਵਿੱਚ ਬਾਕੀ ਰਾਜ ਸਭਾ 'ਚ ਬੈਠੇ ਨੇ ਉਹਨਾਂ ਦਾ ਕੰਮ ਕੀ ਹੈ ਫਿਰ ਨਹੀਂ ਬਿਲਕੁਲ ਦੀਪਕ ਜੀ ਇੱਕ ਜਿਸ ਤਰ੍ਹਾਂ ਕੈਪਟਨ ਭਾਵੇਂ ਝੂਠਾ ਹੈ ਭਾਵੇਂ ਸੱਚਾ ਕਹਿੰਦੇ ਆ ਦਿਲੋਂ ਕਹਿੰਦੇ ਜਾਂ ਕਿਵੇਂ ਕਹਿੰਦੇ ਰਾਜਨੀਤਿਕ ਫਲਾਈ ਹੀ ਆ ਉਹਨਾਂ ਦਾ ਪਰ ਕਹਿੰਦੇ ਹਾਂ ਜੇ ਲੋਡ ਪੇ ਤੇ ਮੈਂ ਦਊਂਗਾ ਇਹ ਗੱਲ ਸਾਡੇ ਐਮਪੀ ਕਿਉਂ ਨਹੀਂ ਕਹਿੰਦੇ ਹਾਂ ਜੇ ਪੰਜਾਬ ਦੇ ਉਹਨਾਂ ਪੰਜਾਬ ਦੇ ਹਿੱਤ ਪਿਆਰੇ ਆ ਪੰਜਾਬ ਦੇ ਕਿਸਾਨ ਨਹੀਂ ਪਿਆਰੀ ਆ ਪੰਜਾਬ ਦੇ ਕਿਸਾਨੀ ਦਾ ਦੁੱਖ ਉਹ ਹੰਡਾਉਂਦੇ ਉਂਜੇ ਤੇ ਬਿੱਟੂ ਇਹ ਕਹਿੰਦਾ ਉਹ ਮੈਂ ਮਾਰਿਆ ਜੀ ਜਿਹੜਾ ਉਹਦੇ ਜਿਹੜਾ ਉਹਦਾ ਸ਼ੀਸ਼ਾ ਪੰਨਿਆ ਆ ਬੀਜੇਪੀ ਦੇ ਪ੍ਰਧਾਨ ਦਾ ਹਾਂ ਅਸ਼ਵਨੀ ਸ਼ਰਮਾ ਦਾ ਉਹ ਤੇ ਮੈਂ ਤੋੜਿਆ ਉਹ ਇਸ ਕਰਕੇ ਨਹੀਂ ਕਿ ਉਹਨੇ ਤੋੜਿਆ ਸਾਰਿਆਂ ਨੂੰ ਪਤਾ ਪਰ ਉਹ ਜਾਣੀ ਕਿਸਾਨਾਂ ਦੇ ਹੱਕ ਚ ਖੜੇ ਹੋਣ ਲਈ ਰਾਜਨੀਤੀ ਕਰ ਰਿਹਾ ਸੀ ਇਹ ਰਾਜਨੀਤੀ ਚ ਉਹਨਾਂ ਨੂੰ ਬਾਹਰ ਕੱਢ ਕੇ ਝੂਠੀ ਰਾਜਨੀਤੀ ਤੋਂ ਬਾਹਰ ਕੱਢ ਕੇ ਅਸਲੀ ਰਾਜਨੀਤੀ ਚ ਲਿਆਉਣ ਉਹਨਾਂ ਨੂੰ ਕਹਿਣ ਕਿ ਉਹ 13 ਦੇ 13 ਜਿਹੜੇ ਜਿਹੜੇ ਆਪਣੇ ਅਸਤੀਫੇ ਆ ਉਹ ਤਿਆਰ ਰੱਖਣ ਉਹ ਨਾਲੇ ਪਤਾ ਲੱਗ ਜੂਗਾ ਜਿੱਦਣ ਲੋਕ ਸੋਚੇ ਪਾਸ ਹੋਏ ਉਹਦਨੇ ਦਿੰਦੇ ਜਿੰਨਾ ਹੀ ਦਰਦ ਸੀ ਉਹ ਤੇ ਹੁਣ ਵੇਲਾ ਨੰਗ ਗਿਆ ਨਹੀਂ ਦਿੱਤੇ ਪਰ ਆਉਣ ਵਾਲੇ ਸਮੇਂ 'ਚ ਹੁਣ ਜਿਹੜੇ ਨਹੀਂ ਦਿੱਤੇ ਤੇ ਟੁਕ ਟੁਕ ਜੇ ਸੱਚੇ ਹੈਗੇ ਤੇ ਕੈਪਟਨ ਵਾਂਗੂ ਜਿਸ ਤਰ੍ਹਾਂ ਉਹਨੇ ਦਿਖਾਇਆ ਅਸੈਂਬਲੀ ਦੇ ਵਿੱਚ ਕਿ ਆਹ ਦੇਖੋ ਮੈਂ ਵੀ ਇਹ ਲੈ ਬੈਠਾ ਉਹ ਅੱਜ ਵੀ ਕਹਿੰਦੇ ਆ ਕਹਿੰਦੇ ਕਿ ਜੇ ਮੈਨੂੰ ਸਾਡੀ ਅਸੈਂਬਲੀ ਜੇ ਤੋੜਨੀ ਆ ਤੋੜ ਦਿਓ ਜੇ ਇੱਥੇ ਕੋਈ ਦੂਜਾ ਤਾਂ ਉਹਦਾ ਵੀ ਰਾਜਨੀਤਿਕ ਦਾਅ ਹੀ ਆ ਨਹੀਂ ਬਿਲਕੁਲ ਰਾਜਨੀਤਿਕ ਦਾਅ ਆ ਹੋ ਸਕਦਾ ਸਮਝਾਣ ਲੈ ਅੰਦਰੋਂ ਅੰਦਰ ਦੀ ਗੱਲ ਕਰਨ ਤੋਂ ਬਾਅਦ ਹੀ ਸਟੇਟਮੈਂਟ ਦਿੱਤੀ ਹੋਵੇ ਰਾਜਨੀਤੀ 'ਚ ਜਿੱਤੇ ਦੱਸੇ ਲੀਡਰ ਸਾਰਾ ਕੁਝ ਕਰਦੇ ਹੀ ਆ ਪਰ ਪਬਲਿਕ 'ਚ ਕੀ ਆ ਰਿਹਾ ਪਬਲਿਕ ਸਪੋਚਰਿੰਗ 'ਚ ਕੀ ਆ ਰਿਹਾ ਇਹ ਤੇਨਾ ਦੇ ਤੇਰਾ ਆਪਣੇ ਅਸਤੀਫੇ ਆਪਣੇ ਦੇਦਨ ਦਰਸ਼ਨਪਾਲ ਨੂੰ ਜਾਂ ਉਹਨਾਂ ਦੇ ਕੋਆਰਡੀਨੇਟਰ ਨੂੰ ਜਾਂ ਕਿਸਾਨਾਂ ਦੇ ਵੀ ਆ ਸਾਡੇ ਅਸਤੀਫੇ ਪਈ ਆ ਜਦੋਂ ਕੋ ਉੱਥੇ ਤੁਸੀਂ ਦੇ ਦਿਓ ਸਾਡੇ ਵੱਲੋਂ ਤੁਹਾਡੇ ਕੋਲੇ ਅਸੀਂ ਤੁਹਾਡੇ ਜਿੰਨ ਅੰਗਰੇਜ਼ੀ ਚ ਕਹਿੰਦੇ ਵੀ ਆਰ ਵੈਡਡ ਟੂ ਯੋਰ ਕਾਲ ਅਸੀਂ ਤੁਹਾਡੇ ਲਈ ਪੂਰਾ ਆਪਣੇ ਆਪ ਨੂੰ ਨਿਸ਼ਾਵਰ ਕਰਨ ਲਈ ਹਾਂ ਨਿਸ਼ਾਵਰ ਕਰਨ ਲਈ ਤਿਆਰ ਬੈਠੇ ਆ ਤਾਂ ਇਸ ਦੇ ਨਾਲ ਕਿੰਨਾ ਵੱਡਾ ਮੈਸੇਜ ਆਊਗਾ ਦਿੱਲੀ ਹਿੱਲ ਜੂਗੀ ਕਿ ਯਾਰ ਇਹ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਹ ਸਾਰੇ ਦੇਸ਼ ਦੇ ਵਿੱਚ ਮੈਸੇਜ ਆਊਗਾ ਵਿਦੇਸ਼ਾਂ 'ਚ ਮੈਸੇਜ ਆਊਗਾ ਇਸ ਲਈ ਅਸੀਂ ਬਾਰਡਰ ਸਟੇਟ ਆ ਜੇ ਹੁਣ ਲੜਾਈ ਲੜਨੀ ਆ ਲੜਨੀ ਸ਼ੁਰੂ ਕਰੇ ਹੀ ਦਿੱਤੀ ਹੈ ਤੇ ਇਹਨੂੰ ਹੰਨੇ ਬੰਨੇ ਦੀ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਗਾਂ ਤੋਂ ਮੋਦੀ ਵਰਗੇ ਕਿਸੇ ਵੀ ਹੋਰ ਸਰਕਾਰ ਦਾ ਜਾਂ ਐਨਡੀਏ ਦਾ ਜਿੰਨਾ ਤੱਕਾ ਲਗਾਤਾਰ ਵਢੇਗਾ ਇਹਨਾਂ ਨੇ ਸ਼ੁਰੂ ਕਰਤਾ ਮਜ਼ਦੂਰਾਂ ਦਾ ਦਲਤਾਂ ਦਾ ਹੋਰ ਨਾ ਕਿਸਮ ਦੇ ਮਨਰੇਗਾ ਦੇ ਪੈਸੇ ਕੱਟਣੇ ਹਰ ਪੈਸੇ ਹੋ ਜਣੀ ਤਰਾਤਰਾ ਮਚਾਈ ਹੋਈ ਆ ਕਰੋ ਉਹ ਵੀ ਕਰੋਨਾ ਦੇ ਦੌਰਾਨ ਜਦੋਂ ਸਾਰੀ ਸਰਕਾਰਾਂ ਦੁਨੀਆਂ ਦੀਆਂ ਆਪਣੀ ਪਬਲਿਕ ਨੂੰ ਪੈਸੇ ਦੇ ਰਹੀਆਂ ਉਹਨਾਂ ਨੂੰ ਹੈਲਪ ਕਰ ਰਹੀਆਂ ਤੇ ਇਹਨਾਂ ਨੇ ਵਡੰਗਾ ਸ਼ੁਰੂ ਕਰਤਾ ਔਰ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਹ ਕੁਝ ਕੀਤਾ ਤੇ ਉਹਦਾ ਜਿਹੜੀ ਇੱਕ ਰੈジਸਟੈਂਟ ਮੂਵਮੈਂਟ ਆ ਕਿ ਅਸੀਂ ਤੁਹਾਨੂੰ ਸਬਕ ਸਿਖਾਉਂਦੇ ਆ ਉਹ ਪੰਜਾਬ ਨੇ ਸ਼ੁਰੂ ਕੀਤੀ ਔਰ ਪੰਜਾਬ ਨੂੰ ਮੈਨੂੰ ਹੰਨੇ ਬੰਨੇ ਦੀ ਲੜਾਈ ਸਮਝ ਕੇ ਲੜਨਾ ਚਾਹੀਦਾ ਉਹਦੇ ਵਿੱਚ ਇੱਕ ਬਹੁਤ ਵੱਡੀ ਅਕੜੀ ਹੋ ਸਕਦੀ ਜੀ ਜੇ ਇਹ ਕੜੀ ਹੋ ਸਕਦੀ ਫਿਰ ਸਾਹਿਬ ਇੱਕ ਕੜੀ ਮੈਂ ਹੋਰ ਜਾਨਣਾ ਚਾਹੁੰਨਾ ਕਿ ਜਿਵੇਂ ਤੁਸੀਂ ਕਿਹਾ ਕਿ ਦੇਸ਼ ਵੀ ਇਹ ਦੇਖਦਾ ਹੈ ਔਰ ਸੁਬੇ ਵੀ ਇਹ ਦੇਖਦੇ ਨੇ ਕਿ ਇਹ ਲੜਾਈ ਲਈ ਪੰਜਾਬ ਪਹਿਲਾਂ ਸਾਹਮਣੇ ਆਇਆ ਚਾਹੇ ਉਹ ਕਿਸਾਨ ਅੰਦੋਲਨ ਹੋਵੇ ਚਾਹੇ ਉਹ ਵਿਧਾਨ ਸਭਾ ਦਾ ਸੈਸ਼ਨ ਹੋਵੇ ਕੀ ਜੀਐਸਟੀ ਦੀ ਮਾਰ ਨੇ ਨੋਟਬੰਦੀ ਦੀ ਮਾਰ ਨੇ ਛੋਟਾ ਵਪਾਰੀ ਦੁਕਾਨਦਾਰ ਅਧਿਯੋਗ ਪਤੀ ਨਹੀਂ ਮਾਰੇ ਉਹ ਪੰਜਾਬ ਦਾ ਉਜਯੋਗਪਤੀ ਕੀ ਦੇਸ਼ ਦੇ ਉਜਯੋਗਪਤੀ ਲਈ ਵੀ ਇਦਾਂ ਕਿਸਾਨਾਂ ਵਾਂਗ ਉਦਾਹਰਨ ਬਣ ਸਕਦਾ ਕੀ ਇਸ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜੱਥੇਬੰਦੀਆਂ ਨੂੰ ਉਹਨਾਂ ਧਿਰਾਂ ਨੂੰ ਵੀ ਨਾਲ ਲੈ ਕੇ ਤੁਰਨ ਦੀ ਲੋੜ ਹੈ ਬਿਲਕੁਲ ਲੋੜ ਹੈਗੀ ਹੈ ਮੈਂ ਜਿਹੜਾ ਇਹ ਸੁਨੇਹਾ ਜਾਂਦਾ ਕਿ ਸ਼ਹਿਰੀ ਤਾਂ ਸ਼ਾਇਦ ਬੀਜੇਪੀ ਦਾ ਵੋਟ ਬੈਂਕ ਹੈ ਜਾਂ ਉਹ ਸਾਊ ਵੋਟ ਬੈਂਕ ਉਹ ਬੋਲਦਾ ਨਹੀਂ ਜੀ ਉਹ ਮੌਕੇ ਉਹ ਨਾਲ ਵੀ ਨਾਲ ਆਉਂਦੇ ਨੇ ਕੀ ਤਾਕਤ ਵੱਧਦੀ ਹੈ ਬਿਲਕੁਲ ਮੈਂ ਕਹਿੰਦਾ ਸੋ ਕੋ ਸੱਤ ਵੱਲ ਪਨ ਕੇ ਵੀ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੱਲੀ ਕਿਸਾਨੀ ਦੀ ਮੂਵਮੈਂਟ ਨਾ ਰਹੇ ਮੇਰਾ ਤੇ ਕਹਿਣਾ ਹੈ ਮੈਂ ਵੀ ਹੋਈ ਕਰਾਂਗੇ ਕੋਈ ਵੀ ਹੋਰ ਸੈਕਸ਼ਨ ਹੈ ਅਰਬਨ ਪਾਪੂਲੇਸ਼ਨ ਹੈ ਜਿਹੜੇ ਛੋਟੇ ਕਾਰੋਬਾਰੀ ਆ ਉਹ ਤੇ ਜਦੋਂ ਨੋਟ ਬੰਦੀ ਉਦੋਂ ਹੀ ਮਰ ਗਏ ਕੁਝ ਜੀਐਸਟੀ ਵੇਲੇ ਮਰ ਗਏ ਉਹ ਤੇ ਉਹਨਾਂ ਹਾਲਾਤਾਂ 'ਚ ਮਾਰੇ ਉਹ ਇਸ ਵੇਲੇ ਵੀ ਬਹੁਤ ਤੰਗ ਆ ਬਾਬਾ ਰਹਿਣਾ ਹੁੰਦਾ ਕੋਰੋਨਾ ਨੇ ਮਾਰਿਆ ਉਹਨਾਂ ਨੂੰ ਤੁਸੀਂ ਕਦੀ ਆੜਤੀਆਂ ਆੜਦਾਲਾਂ ਤੇ ਦੇਖੇ ਸੀ ਹੋਰ ਕਰ ਰਹੀ ਨਾ ਕਿਸਾਨ ਦੀ ਕਿਉਂਕਿ ਇਸ ਕਾਨੂੰਨ ਦੇ ਨਾਲ ਆੜਤੀਆ ਵੀ ਮਰ ਰਿਆ ਇਸ ਲਈ ਬਹੁਤ ਸਾਰੇ ਹੋਰ ਸਾਡੇ ਛੋਟੇ ਵਪਾਰੀ ਜਿਹੜੇ ਐ ਜਾਂ ਸ਼ਹਿਰੀ ਜੀਵਨ ਵੀ ਉਹਦੇ ਹੁਣ ਕੀ ਜਿਹੜਾ ਆਮ ਕੰਜ਼ਿਊਮਰ ਆ ਸ਼ਹਿਰੀ ਉਹ 50 ਰੁਪਏ ਕਿਲੋ 60 ਰੁਪਏ ਕਿਲੋ ਆਲੂ ਲੈ ਰਿਹਾ ਕਿ ਨਹੀਂ ਜਿਹੜੇ 100 ਰੁਪਏ ਪਿਆਜ਼ 100 ਰੁਪਏ ਪਿੱਛੇ ਜੇ ਤੇ 150 ਵੀ ਹੋ ਕੇ ਚਲਾ ਗਿਆ ਇਹ ਸਾਰੀ ਕਿਰਪਾ ਇਹਨਾਂ ਦੀ ਹੈ ਜਿਨ੍ਹਾਂ ਨੇ ਜਿਹੜੀ ਹੋਲਡਿੰਗ ਨੂੰ ਫ੍ਰੀ ਕਰਤਾ ਨਵਾਂ ਗਰੂਪ ਲਿਆ ਕੇ ਕਿ ਜਿੰਨੀ ਮਰਜ਼ੀ ਹੋਲਡਿੰਗ ਕਰੋ ਯਾਨੀ ਤੁਸੀਂ ਸਟੋਰ 'ਚ ਰੱਖੇ ਰੱਖੇ ਜਿਹੜੇ ਗੰਢੇ ਆ ਉਹ ਸੋਨੇ ਦੇ ਬਣ ਜਾਂਦੇ ਆ ਗੰਡਾ ਜਾਂਦਾ ਅੰਦਰੋਂ ਬਾਹਰ ਸੋਨੇ ਦਾ ਬਣ ਕੇ ਨਿਕਲਦਾ ਇਹ ਹਾਲਤ ਆ ਤੁਸੀਂ ਇਸ ਲਈ ਇਹ ਜਿਹੜੇ ਨਵੇਂ ਕਾਨੂੰਨ ਆਇਆ ਉਹਨਾਂ ਨੇ ਕੰਜ਼ਿਊਮਰ ਦਾ ਵੀ ਨੱਕ ਚ ਬਹੁਤ ਬੁਰੇ ਤਰੀਕੇ ਨਾਲ ਦਮ ਕਰਨਾ ਇਹ ਕੱਲਾ ਇਹ ਨਹੀਂ ਪ੍ਰੋਡਿਊਸਰ ਦਾ ਕਰਨਾ ਕਿ ਖੇਤੀ ਜਿਹੜੇ ਪੈਦਾਵਾਰ ਕਰਦੇ ਆ ਜਾਂ ਛੋਟੇ ਛੋਟੇ ਕਾਰੋਬਾਰੀ ਆ ਉਹਨਾਂ ਦਾ ਨੱਕ ਚ ਉਹਨਾਂ ਜਿੰਨੇ ਖਰੀਦਣਾ ਉਹਨਾਂ ਦਾ ਵੀ ਹੈਗਾ ਇਸੇ ਕਰਕੇ ਇਹ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਸਮੁੱਚੇ ਪੰਜਾਬ ਦੀ ਮੂਵਮੈਂਟ ਬਣਨੀ ਚਾਹੀਦੀ ਹੈ ਸ਼ਹਿਰੀ ਲੋਕਾਂ ਦੀ ਵੀ ਮੂਵਮੈਂਟ ਬਣਨੀ ਚਾਹੀਦੀ ਹੈ ਬਣੂਏ ਤਾਂ ਜੇ ਸਾਡੇ ਜਿਹੜੇ ਲੀਡਰ ਅੰਦਰ ਕਿਸਾਨਾਂ ਚ ਬੈਠੇ ਆ ਉਹ ਇਸ ਕਿਸਮ ਦੇ ਵਿਜ਼ਨ ਨੂੰ ਇਸ ਕਿਸਮ ਦੀ ਸੋਚ ਨੂੰ ਉਹ ਪਹਿਲਾਂ ਰਜਿਸਟਰ ਕਰਨ ਮੰਨਣ ਵੀ ਹਾਂਏ ਜ਼ਰੂਰੀ ਹੈ ਔਰ ਫਿਰ ਰੋਧ ਲਈ ਤਰਕੀਬ ਲਾਓ